ਹਾਂਜੀ ਆਹ ਜੀ ਸਾਡੇ ਸਰੈਮਲ ਟੋਆ ਪਿੰਡ ਦਾ ਸਕੂਲ ਹੈ ਜੀ ਜਿਹੜਾ ਇਹ 3-4 ਸਾਲ ਪਹਿਲਾਂ ਤੋਂ ਬੰਦ ਹੋਣ ਕਾਰਨ ਅਤੇ ਇਹਦੀ ਆਹ ਹਾਲਤ ਹੋ ਗਈ ਆ ਤੋੜ ਫੋੜ ਹੋ ਗਿਆ ਜਿਹੜਾ ਕੰਧਾਂ ਕੁੰਧਾਂ ਡਿੱਗ ਪਈਆਂ ਇਹਦੀਆਂ ਸਾਡੀ ਇਹ ਪ੍ਰਸ਼ਾਸਨ ਤੋਂ ਮੰਗ ਆ ਕਿ ਇਹ ਸਕੂਲ ਜਿਹੜਾ ਸਾਡਾ ਚਲਵਾਇਆ ਜਾਵੇ ਇਹਦਾ ਕੋਈ ਗ੍ਰਾਂਟ ਦਿੱਤੀ ਜਾਵੇ ਜਿਹੜਾ ਅਸੀਂ ਇਹ ਸਕੂਲ ਨੂੰ ਵਧੀਆ ਬਣਾ ਸਕੀਏ ਜਿਹੜਾ ਆਪਣਾ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਇੱਥੇ ਆ ਕੇ ਪੜ੍ਹ ਸਕਣ ਅਤੇ ਸੋ ਜਿਹੜੇ ਆਪਣੇ ਗਰੀਬ ਪਰਿਵਾਰਾਂ ਦੇ ਬੱਚੇ ਆ ਬੜੀ ਦੂਰ ਜਾਂਦੇ ਇੱਥੋਂ ਜਾਣਾ ਬੜਾ ਔਖਾ ਆ ਜੀ ਅਤੇ ਉਹ ਸਾਡੇ ਪਿੰਡ ਦੇ ਵਿੱਚ ਵੇਖੋ ਇਮਾਰਤ ਵੀ ਬਣੀ ਆ ਅਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਕਿ ਇਹਨੂੰ ਜੀ ਚਾਲੂ ਕੀਤਾ ਜਾਵੇ ਅਤੇ ਸੋ ਜਿਹੜੇ ਇੱਥੇ ਬੱਚੇ ਆ ਪਿੰਡ ਦੇ ਵਿੱਚ ਹੀ ਬਹਿ ਕੇ ਪੜ੍ਹ ਸਕਣ ਇੱਥੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਹ ਜੀ ਮੇਰੇ ਸਰੈਮਲ ਟੋਆ ਪਿੰਡ ਦਾ ਸ਼ਮਸ਼ਾਨ ਘਾਟ ਆ ਜੀ ਇਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਕੰਧਾਂ ਵੀ ਇਹਦੀਆਂ ਟੁੱਟੀਆਂ ਪਈਆਂ ਜੀ ਸ਼ੈੱਡ ਇਹਦਾ ਗਲਿਆ ਪਿਆ ਬਿਲਕੁਲ ਹੀ ਅਤੇ ਇਹਦਾ ਥੱਲਿਓਂ ਕੱਚਾ ਵਿਹੜਾ ਹੈ ਜੀ ਜਦੋਂ ਕੋਈ ਮੰਨ ਲਓ ਕੋਈ ਹੁੰਦੀ ਹੈ ਮਰਗ ਮੁਰਗ ਹੁੰਦੀ ਹੈ ਕੋਈ ਲੈ ਕੇ ਆਈਦਾ ਜਿਸ ਸੰਸਕਾਰ ਕਰਨ ਵਾਸਤੇ ਤਾਂ ਕੋਈ ਬਰਸਾਤ ਹੋਈ ਜਾਵੇ ਤਾਂ ਇੱਥੇ ਖੜ੍ਹਨਾ ਵੀ ਬਹੁਤ ਔਖਾ ਹੋ ਜਾਂਦਾ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਜੀ ਇਹੋ ਹੀ ਵੀ ਸਾਨੂੰ ਕੋਈ ਗ੍ਰਾਂਟ ਦਿੱਤੀ ਜਾਵੇ ਜੋ ਕਿ ਅਸੀਂ ਦੂਜੇ ਪਿੰਡਾਂ ਵਾਂਗ ਇਹਨੂੰ ਵੀ ਵਧੀਆ ਬਣਾ ਸਕੀਏ ਬਹੁਤ ਮੰਦੀ ਹਾਲ ਆ ਜੀ ਵੇਖੋ ਥੱਲੇ ਵੇਖੋ ਕਿੰਨਾ ਗੰਦ ਆ ਜੀ ਖੜਾ ਨਹੀਂ ਜਾਂਦਾ ਜਦੋਂ ਕੋਈ ਸੰਸਕਾਰ ਕਰਨ ਆਈਦਾ ਪਹਿਲੋਂ ਟਰੈਕਟਰ ਨਾਲ ਥੱਲਿਓਂ ਵਾਹ ਕੇ ਸਫਾਈ ਕਰਕੇ ਫੇਰ ਇਹਦਾ ਕੰਮ ਸ਼ੁਰੂ ਕਰੀਦਾ ਜੀ ਬਹੁਤ ਮੰਦੀ ਹਾਲ ਆ ਜੀ ਹਾਂਜੀ ਇੱਕ ਜੀ ਇਹਦਾ ਰਸਤਾ ਜਿਹੜਾ ਜੀ ਉਹ ਵੀ ਰੇਲਵੇ ਦੇ ਨਾਲ ਕੋਈ ਜੁਆਇੰਟ ਹੋ ਜਾਂਦਾ ਜੀ ਅੱਗੇ ਰੇਲਵੇ ਵਾਲੇ ਵੀ ਸਾਨੂੰ ਬਹੁਤ ਮੁਸ਼ਕਲ ਹੁੰਦੀ ਹੈ ਰਸਤੇ ਵੀ ਇਹਦਾ ਕੋਈ ਕੱਢਿਆ ਜਾਵੇ ਕਿਸੇ ਤਰੀਕੇ ਨਾਲ ਜਿਹੜਾ ਅਸੀਂ ਗੇਟ ਗੂਟ ਮੇਨ ਉਸ ਹਿਸਾਬ ਨਾਲ ਹੀ ਲਾ ਸਕੀਏ ਰਸਤੇ ਵਾਲੀ ਵੇ ਦੀ ਵਸਤਾ ਨਾ ਇੱਥੇ ਜੀ ਕੋਈ ਪੀਣ ਵਾਸਤੇ ਪਾਣੀ ਦਾ ਹੀ ਪ੍ਰਬੰਧ ਹੈਗਾ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਵੀ ਸਾਡੇ ਸ਼ਮਸ਼ਾਨ ਘਾਟ ਵਾਸਤੇ ਵੱਧ ਤੋਂ ਵੱਧ ਜਿਹੜੀ ਹੈ ਗ੍ਰਾਂਟ ਦਿੱਤੀ ਜਾਵੇ ਅਤੇ ਇੱਥੇ ਅਸੀਂ ਕੰਮ ਕਰਵਾਇਆ ਜਾ ਸਕੇ ਅਤੇ ਸੋ ਬਹੁਤ ਮੰਦਾ ਹਾਲ ਹੈ ਜੀ ਇੱਥੇ ਖੜਨ ਨੂੰ ਦਿਲ ਨਹੀਂ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣਿਆ ਹੋਇਆ ਪੰਜਾਬ ਫੋਕਸ ਟੀਵੀ ਦੇ ਨਾਲ ਪ੍ਰੋਗਰਾਮ ਮੈਂ ਤੇ ਮੇਰੇ ਪਿੰਡ ਦੇ ਵਿਕਾਸ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਰਾਏ ਵਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਇੱਥੋਂ ਦੇ ਮੌਜੂਦਾ ਸਰਪੰਚ ਨੇ ਬੀਬੀ ਕਸ਼ਮੀਰ ਕੌਰ ਜੀ ਵਾਈਫ ਆਫ ਸਰਦਾਰ ਜਰਨੈਲ ਸਿੰਘ ਜੀ ਨਾਲ ਨੇ ਉਹਨਾਂ ਦੇ ਸਪੁੱਤਰ ਸਰਦਾਰ ਜਗਰੂਪ ਸਿੰਘ ਜੀ ਨਾਲ ਮੈਂਬਰ ਪੰਚਾਇਤ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਿੰਡ ਦੇ ਵਿਕਾਸ ਲਈ ਕੀ ਕੰਮ ਕੀਤੇ ਅਤੇ ਕੀ ਮੁਸ਼ਕਲਾਂ ਆਈਆਂ ਸਰਦਾਰ ਜਗਰੂਪ ਸਿੰਘ ਜੀ ਤੁਹਾਡਾ ਸਵਾਗਤ ਹੈ ਪੰਜਾਬ ਫੋਕਸ ਟੀਵੀ ਤੇ ਸਤਿ ਸ਼੍ਰੀ ਅਕਾਲ ਜਗਰੂਪ ਸਿੰਘ ਜੀ ਤੁਹਾਡੇ ਪਿੰਡ ਸਰਾਏ ਵਟੋਆ ਦੀ ਆਬਾਦੀ ਕਿੰਨੀ ਆ ਟੋਟਲ 500 ਤੇ ਪੀਣ ਵਾਲੇ ਪਾਣੀ ਦੀ ਕੀ ਸੁਵਿਧਾ ਹੈ ਇੱਥੇ ਪੀਣ ਵਾਲਾ ਪਾਣੀ ਆਪਣਾ ਜੀ ਕੋਟਲੀ ਤੋਂ ਹੀ ਆਉਂਦਾ ਜੀ ਵੀ ਮੋਟਰ ਮਾਟਰ ਖਰਾਬ ਆ ਬੋਰ ਬਾਰ ਬੈਠਾ ਵਾ ਟਾਈਮ ਦਾ 2 ਸਾਲ ਤੋਂ ਉੱਤੇ ਹੀ ਹੋ ਗਿਆ ਤੇ ਮੁਸ਼ਕਿਲ ਹੀ ਹੈ ਪਾਣੀ ਮਤਲਬ ਕੋਈ ਜਲ ਘਰ ਆ ਜਾਂ ਕੋਈ ਟੈਂਕੀ ਨਹੀਂ ਬਣੀ ਨਹੀਂ ਕੋਈ ਨਹੀਂ ਕੋਟਲੀ ਦੇ ਵਿੱਚ ਬਣੀ ਆਪਣੇ ਪਿੰਡ ਦੇ ਵਿੱਚ ਆਈ ਨਹੀਂ ਉਹਦੇ ਨਾਲ ਹੀ ਜੁਆਇੰਟ ਕੀਤਾ ਸੀ ਆਪਾਂ ਨੂੰ ਤੇ ਉੱਥੇ ਵੀ ਖਰਾਬ ਹੋ ਗਈ ਤੇ ਹੁਣ ਤੰਗੀ ਹੈ ਪਾਣੀ ਪੁਣੀ ਦੀ ਤੇ ਪਾਣੀ ਦੇ ਨਿਕਾਸੀ ਦਾ ਕੰਮ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਣੀ ਦੀ ਨਿਕਾਸੀ ਦਾ ਕੰਮ ਫਿਰ ਜਿਹੜਾ ਆਪਣੇ ਛੱਪੜ ਦਾ ਹਾਂਜੀ ਛੱਪੜ ਹੈਗਾ ਆਪਣੇ ਪਿੰਡ ਦੇ ਵਿੱਚ ਚੱਲੀ ਜਾਂਦਾ ਉਹ ਤੇ ਉਹਦਾ ਕੰਮ ਹੋਇਆ ਪ੍ਰੋਪਰ ਮਤਲਬ ਖੁਦਾਈ ਵਗੈਰਾ ਉਹਦੀ ਜਾਂ ਹੋਇਆ ਚਾਹ ਖੁਦਾਈ ਹੋਣ ਵਾਲੀ ਉਹਦੀ ਠੀਕ ਹੈ ਜੀ ਬਾਕੀ ਉਹਦੇ ਮਤੇ ਮੁਤੇ ਪਾਏ ਆ ਜੀ ਉਸ ਤਰ੍ਹਾਂ ਉਹ ਤਿਆਰੀਆਂ ਹੀ ਆ ਤੇ ਆਪਾਂ ਆਪਣਾ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਆਪਾਂ ਤੇ ਗਲੀਆਂ ਨਾਲਿਆਂ ਦਾ ਕੰਮ ਕਿਸ ਤਰ੍ਹਾਂ ਜਾ ਪਿਆ ਤੁਹਾਡੇ ਪਿੰਡ ਦੇ ਵਿੱਚ ਗਲੀਆਂ ਦਾ ਆਪਣੇ ਤਕਰੀਬਨ ਹੋ ਜਾਈਏ ਕੰਮ ਬਾਕੀ ਥੋੜਾ ਹੀ ਕੰਮ ਰਹਿੰਦਾ ਉਹ ਆਪਾਂ ਸਟਾਰਟ ਹੀ ਕੰਮ ਚੱਲੀ ਜਾਂਦਾ ਜੋ ਵੀ ਕਰਵਾ ਦੇਣਾ ਠੀਕ ਹੈ ਸਾਡੇ ਨਾਲ ਮੈਂਬਰ ਪੰਚਾਇਤ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਬਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਪੰਜਾਬ ਫੋਕਸ ਟੀਵੀ ਸਤਿ ਸ਼੍ਰੀ ਅਕਾਲ ਜੀ ਸਰਬਜੀਤ ਸਿੰਘ ਜੀ ਤੁਹਾਡੇ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਤੇ ਬੜਾ ਜ਼ੋਰ ਲਾ ਰਹੀ ਗੌਰਮੈਂਟ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਮਤਲਬ ਪ੍ਰਾਇਮਰੀ ਸਕੂਲ ਬੜੇ ਵਧੀਆ ਬਣਾ ਰਹੀ ਆ ਤੁਹਾਡੇ ਪਿੰਡ ਇਸ ਤਰ੍ਹਾਂ ਦਾ ਕਿਹੜਾ ਸਕੂਲ ਬਣਿਆ ਤੇ ਕਿਸ ਤਰ੍ਹਾਂ ਦਾ ਬਣਿਆ ਵਾ ਸਾਡੇ ਸਰਾਏ ਦੇ ਵਿੱਚ ਜੀ ਪ੍ਰਾਇਮਰੀ ਸਕੂਲ ਬਣਿਆ ਹੈ ਤੇ ਇਹ 3-4 ਸਾਲ ਤੋਂ ਬੰਦ ਪਿਆ ਹੈ ਇਸ ਦੀ ਬਿਲਡਿੰਗ ਦੀ ਹਾਲਤ ਵੀ ਖਸਤਾ ਹੈ ਤੇ ਬੰਦ ਹੋਣ ਦੇ ਕਾਰਨ ਇਸ ਕਰਕੇ ਜਿਹੜੇ ਆਪਣੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹ ਸਿੱਖਿਆ ਲੈ ਸਕਦੇ ਜੇਕਰ ਇਸ ਨੂੰ ਚਾਲੂ ਕੀਤਾ ਜਾਵੇ ਜਗਰੂਪ ਸਿੰਘ ਜੀ ਨੀਲੇ ਕਾਰਡ ਦੀ ਸੁਵਿਧਾ ਕਿਸ ਤਰ੍ਹਾਂ ਲੈਂਦੇ ਤੁਹਾਡੇ ਹਾਂਜੀ ਨੀਲੇ ਕਾਰਡ ਦੇ ਆਪਣੇ ਸਾਰੇ ਆਨਲਾਈਨ ਹੋਏ ਆ ਕਾਰਡ ਬਾਕੀ ਕੋਸ਼ ਕਾਰਡ ਵਿੱਚੋਂ ਹੈਗੇ ਆ ਵੀ ਜਿਹੜੇ ਅਜੇ ਨਹੀਂ ਆਨਲਾਈਨ ਹੋਏ ਉਹ ਵੀ ਅਸੀਂ ਕੋਸ਼ ਕਰਨ ਦੇ ਹਾਂ ਉਹ ਵੀ ਹੋ ਜਾਣਗੇ ਤੇ ਜੇ ਵਾਤਾਵਰਨ ਦੀ ਗੱਲ ਕਰੀਏ ਕਿਸ ਤਰ੍ਹਾਂ ਯੋਗਦਾਨ ਰਿਹਾ ਤੁਹਾਡੇ ਇੱਥੇ ਮਤਲਬ ਰੁੱਖ ਆਏ ਆ ਕਿ ਜੇ ਗੌਰਮੈਂਟ ਹਾਂਜੀ ਆਪਣੇ ਉਹ 550 ਬੂਟ ਆਏ ਹੈ ਆਪਣੇ ਲਗਵਾਤਾ ਹੈ ਉਹ ਮਤਲਬ ਬਲਪੁਰ ਰਿਹਾ ਹਾਂਜੀ ਕੁਛ ਹੋ ਗਏ ਕੋਈ ਡੰਗਰ ਡੁੰਗਰ ਪਸ਼ੂ ਪੁਸ਼ੂ ਦੇ ਤੋੜ ਤਾੜ ਗਏ ਕੁਛ ਜਿਹੜੇ ਬੂਟੇ ਹੋ ਗਏ ਤੇ ਜਗਰੂਪ ਸਿੰਘ ਜੀ ਆਪਾਂ ਕੋਰੋਨਾ ਦੀ ਗੱਲ ਕਰੀਏ ਤਾਂ ਮਹਾਂਮਾਰੀ ਬਹੁਤ ਤਕੜੀ ਆਈ ਹੈ ਪੂਰੀ ਵਰਲਡ ਤੇ ਪੰਜਾਬ ਦੀ ਬੜੀਆਂ ਮੌਤਾਂ ਹੋ ਰਹੀਆਂ ਤੁਹਾਡੇ ਪਿੰਡ ਚ ਕਿਸ ਤਰ੍ਹਾਂ ਦਾ ਫਰਕ ਪਿਆ ਹੈਗਾ
ਨਹੀਂ ਜੀ ਆਪਣੇ ਤਾਂ ਬਹੁਤ ਰੱਬ ਦੀ ਕਿਰਪਾ ਹੀ ਰਹੀ ਹੈ ਤੇ ਸਾਰਾ ਠੀਕ ਹੀ ਰਿਹਾ, ਕੋਈ ਪੋਜ਼ਿਟਿਵ ਆਪਣੀ ਨਹੀਂ ਆਇਆ ਜੀ। ਆਪਣੇ ਲਾਗੇ ਬੰਨੇ ਏਰੀਏ ਦੋ ਤਿੰਨਾਂ ਪਿੰਡਾਂ ਦੇ ਵਿੱਚ ਵੀ ਨਹੀਂ ਹੈਗਾ। ਹਾਂਜੀ ਤੇ ਉਸੇ ਦੌਰਾਨ ਕੋਈ ਰਾਸ਼ਨ ਕਿੱਟਾਂ ਆਈਆਂ ਪੰਜਾਬ ਗਵਰਨਮੈਂਟ ਵੱਲੋਂ ਪਹੁੰਚੀਆਂ ਤੁਹਾਡੇ ਹਾਂਜੀ ਪਿੰਡ? ਪਹੁੰਚ ਗਏ। ਹਾਂਜੀ ਉਹ ਵੀ ਜਿਹੜੇ ਹਿਸਾਬ ਨਾਲ ਨੇ ਆਪਾਂ ਸਾਰੇ ਲੋੜਵੰਦ ਪਰਿਵਾਰਾਂ ਨੂੰ ਵੰਡਦੇ ਹਾਂ। ਤੇ ਜਗਰੂਪ ਸਿੰਘ ਜੀ, ਕੋਈ ਤੁਹਾਡੀਆਂ ਮੰਗਾਂ ਹੋਣ ਪ੍ਰਸ਼ਾਸਨ ਕੋਲ ਜਿਹੜਾ ਤੁਹਾਡੇ ਕੰਮ ਨਹੀਂ ਹੋ ਰਿਹਾ ਪਿੰਡ ਦੇ, ਉਹ ਦੱਸੋ ਸਾਨੂੰ। ਹਾਂਜੀ ਮੰਗਾਂ ਤਾਂ ਇਹੋ ਹੀ ਹੈ ਜੀ, ਇੱਕ ਜਿਵੇਂ ਆਪਣੇ ਮੈਂਬਰ ਸਾਹਿਬ ਸਰਬਜੀਤ ਨੇ ਦੱਸਿਆ ਸਕੂਲ ਬਾਰੇ, ਜਿਵੇਂ ਸਭ ਤੋਂ ਵੱਡੀ ਮੁਸ਼ਕਲ ਸਾਨੂੰ ਇਹ ਆ, ਦੂਜੇ ਪਿੰਡ ਜਾ ਕੇ ਬੱਚੇ ਪੜ੍ਹਨਾ ਬੜਾ ਔਖਾ ਹੋ ਜਾਂਦਾ। ਦੂਜੀ ਗੱਲ ਆਪਣੇ ਜਿਹੜੇ ਮੜੀਆਂ ਦਾ, ਉਹ ਵੀ ਬਹੁਤ ਖਸਤਾ ਜੀ ਹਾਲਤ ਹੋਈ ਵੀ, ਮੜੀਆਂ ਦੀ ਵੀ ਚਾਰ ਦੀਵਾਰੀ ਬਿਲਕੁਲ ਹੀ ਨਹੀਂ ਕੁਛ ਵੀ, ਇਹੋ ਜਿਹੀਆਂ ਪ੍ਰੋਬਲਮਾਂ ਜਿਹੜੇ ਦੋ ਚਾਰ ਪਿੰਡ ਦੇ ਕੰਮ ਹੋ ਜਾਣ ਤਾਂ ਚਲੋ ਵਧੀਆ। ਜਗਰੂਪ ਸਿੰਘ ਜੀ, ਤੁਹਾਡੇ ਆਪਣੇ ਮੰਗਾਂ ਪ੍ਰਸ਼ਾਸਨ ਕੋਲੋਂ ਜਿਹੜੀਆਂ ਨਾ ਪੂਰੀਆਂ ਹੁੰਦੀਆਂ ਹਨ? ਹਾਂਜੀ ਮੰਗਾਂ ਤਾਂ ਆਪਣੇ ਇਹੋ, ਜਿਵੇਂ ਆਂਗਣਵਾੜੀ ਬਾਰੇ ਤੁਸੀਂ ਕਹਿੰਦੇ ਸੀਗੇ, ਆਂਗਣਵਾੜੀ ਦੀ ਵੀ ਆਪਣੇ ਸੁਵਿਧਾ ਸੈਂਟਰ ਇੱਥੇ, ਮਤਲਬ ਆਂਗਣਵਾੜੀ ਦਾ ਸੈਂਟਰ ਵੀ ਆਪਣੇ ਬਣ ਜੇ ਇੱਥੇ ਤਾਂ ਬੜੀ ਵਧੀਆ ਗੱਲ ਆ, ਬੱਚਿਆਂ ਨੂੰ ਜਿਹੜੀ ਸਹੂਲਤ ਮਿਲ ਸਕੇ। ਹੁਣ ਆਪਣਾ ਕੋਟਲੀ ਦੇ ਨਾਲ ਕੋਈ ਵੀ ਕੰਮ ਹੁੰਦਾ ਆਸ਼ਾ ਵਰਕਰ, ਉੱਥੋਂ ਹੀ ਮਤਲਬ ਕੰਮ ਲੱਭਣਾ ਪੈਂਦਾ, ਕੰਮ ਕਰਾਉਣਾ ਪੈਂਦਾ। ਹਾਂਜੀ ਤੇ ਪਿੰਡ ਵਾਸੀਆਂ ਨੇ ਕੋਈ ਸੰਦੇਸ਼ ਤੁਹਾਡਾ? ਹਾਂਜੀ ਸੰਦੇਸ਼ ਇਹੋ ਜਿਹਾ ਜੀ, ਰਲ ਮਿਲ ਕੇ ਸਾਰੇ ਰਹਿਣ। ਬਹੁਤ ਧੰਨਵਾਦ ਉਹਨਾਂ ਨੇ, ਚਲੋ ਆਪਣੇ ਪਰਿਵਾਰ ਨੂੰ ਸਰਪੰਚ ਦਿੱਤੀ ਹੈ, ਬਣੇ ਆ, ਤੇ ਆਪਣੇ MLA ਸਾਹਿਬ ਬਹੁਤ ਵਧੀਆ ਨੇ ਇਨਸਾਨ ਵੀ, ਚਲੋ ਉਹਨਾਂ ਨੇ ਵੀ ਆਪਾਂ ਨੂੰ ਬਹੁਤ ਸਹਿਯੋਗ ਦਿੱਤਾ। ਧੰਨਵਾਦ ਸਾਰੀ ਪੰਜਾਬ ਦਾ ਜੀ, ਬਣੇ ਰਹੋ ਪੰਜਾਬ ਫੋਕਸ ਟੀਵੀ ਦੇ ਨਾਲ।